ਨਵਜੋਤ ਸਿੰਘ ਸਿੱਧੂ ਪੰਚਾਇਤੀ ਚੋਣਾਂ ਨਹੀਂ ਲੜਨਗੇ। ਜੀ ਹਾਂ, ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿੱਚ ਪਹੁੰਚੇ ਸੀ। ਇੱਥੇ ਉਹਨਾਂ ਨੇ ਜਿੱਤੇਗਾ ਪੰਜਾਬ ਰੈਲੀ ਦੇ ਵਿੱਚ ਸ਼ਿਰਕਤ ਕੀਤੀ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਥੇ ਸਪਸ਼ਟ ਕੀਤਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜਨਗੇ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਗੈਰ ਹਾਜ਼ਰ ਰਹੇ। ਚੋਣ ਪ੍ਰਚਾਰ ਕਰਨ ਬਾਰੇ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਦੇ ਸਿਪਾਹੀ ਹਨ, ਜੇ ਵੱਡੇ ਆਗੂ ਕਹਿਣਗੇ ਤਾਂ ਉਹ ਚੋਣ ਪ੍ਰਚਾਰ ਜ਼ਰੂਰ ਕਰਨਗੇ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨ ਮੁਆਫ਼ੀ ਮੰਗੇ ਜਾਣ ਦੇ ਮੁੱਦੇ ਬਾਰੇ ਉਹਨਾਂ ਨੇ ਕਿਹਾ ਕਿ ਜਦ ਤੁਹਾਡੀ ਸਰਕਾਰ ਸੀ ਉਸ ਸਮੇਂ ਤੁਸੀਂ ਇਹਨਾਂ ਗੁਨਾਹਾਂ ਬਾਰੇ ਗੱਲ ਕਿਉਂ ਨਹੀਂ ਕੀਤੀ। ਉੱਥੇ ਹੀ ਦੂਜੇ ਪਾਸੇ ਇਸ ਮਾਮਲੇ 'ਚ ਆਪ ਸਰਕਾਰ 'ਤੇ ਵੀ ਨਵਜੋਤ ਸਿੰਘ ਸਿੱਧੂ ਨੇ ਤੰਜ ਕਸੇ। ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਸਜ਼ਾ ਕੌਣ ਦਊ, ਕਿਉਂਕਿ ਹੋਮ ਮਿਨਿਸਟਰ ਸਕੂਲਾਂ ਦਾ ਉਦਘਾਟਨ ਕਰਨ ਦੇ ਵਿੱਚ ਵਿਅਸਤ ਨੇ। ਚੋਣਾਂ 'ਚ ਆਪ ਅਤੇ ਕਾਂਗਰਸ ਦੇ ਗਠਜੋੜ ਬਾਰੇ ਵੀ ਉਹਨਾਂ ਨੇ ਬਿਆਨ ਦਿੱਤਾ, ਕਿਹਾ ਜਦੋਂ ਜਮਹੂਰੀਅਤ ਹੀ ਨਾ ਰਹੀ ਤਾਂ ਪਾਰਟੀ ਕੀ ਕਰਨਗੀ। ਜੇ ਮੈਂ INV ਮਿਨਿਸਟਰੀ ਛੱਡੀ, ਲੋਕ ਸਭਾ ਲੜਨ ਤੋਂ ਇਨਕਾਰ ਕਰਤਾ, ਜਦੋਂ ਅਰੁਣ ਜੇਤਲੀ ਨੇ ਮੈਨੂੰ ਕਿਹਾ ਕਿ ਪੰਜਾਬ ਛੱਡ, ਜਵਾਬ ਦੇ ਰਿਹਾ ਕਿ ਪੰਜਾਬ ਛੱਡ ਕੁਰਕਸ਼ੇਤਰੋਂ ਲੜ, ਰਾਜਨਾਥ ਜੀ ਕਹਿੰਦੇ ਸੀ ਐ ਨਾ ਕਰ ਤੂੰ ਗਾਜ਼ੀਆਬਾਦ ਤੋਂ ਲੜ ਲੈ, ਮੈਂ ਨਹੀਂ ਲੜ ਰਿਹਾ। ਉਹ ਕਹਿੰਦੇ ਚੰਡੀਗੜ੍ਹੋਂ ਲੜ ਲੈ, 10 ਹੱਥ ਰੱਖ ਉੱਥੋਂ ਲੜ। ਮੈਂ ਕਿਹਾ ਮੈਂ ਜ਼ਬਾਨ ਤੋਂ ਫਿਰਨਾ, ਮੇਰਾ ਮਕਸਦ ਇੱਕ ਹੈ ਕਿ ਮੈਂ ਲੋਕਾਂ ਦਾ ਵਿਸ਼ਵਾਸ ਕਦੇ ਤੋੜੂੰਗਾ ਨਹੀਂ। ਜੇ ਅੰਮ੍ਰਿਤਸਰ ਨੂੰ ਕਿਹਾ ਅੰਮ੍ਰਿਤਸਰੋਂ ਲੜੂੰਗਾ ਤੇ ਮੈਂ ਅੰਮ੍ਰਿਤਸਰੋਂ ਹੀ ਲੜੂੰਗਾ, ਸਮਝ ਆਈ। ਤੇ ਅੰਮ੍ਰਿਤਸਰੋਂ ਜੇਤਲੀ ਸਾਹਿਬ ਆਏ, ਮੈਂ ਕਿਹਾ ਤੁਸੀਂ ਮੇਰੇ ਵੱਡੇ ਹੋ, ਲੜੋ। ਉਹ ਉੱਥੋਂ ਹੀ ਹਾਰ ਸਕਦੇ 1.5 ਲੱਖ MP ਛੱਡੀ, ਠੀਕ ਹੈ। ਉਹ ਕਹਿੰਦੇ INV ਮਿਨਿਸਟਰ ਹੋਏਗਾ ਬੇਟਾ, ਤੂੰ ਤੂੰ ਜਾ ਉੱਥੋਂ ਕੁਰਕਸ਼ੇਤਰੋਂ, ਢਾਈ ਮਿੰਨਾ ਸਾਹਿਬ 2.5 ਤੇ ਜਿੱਤੇ, ਕਹਿੰਦੇ ਤੂੰ 3 ਲੱਖ ਤੇ ਜਿੱਤ ਰਿਹਾ ਉੱਥੋਂ, ਜੇ ਜਿੱਤਣਾ ਹੀ ਹੁੰਦਾ ਉੱਥੇ ਚੱਲਦਾ। ਫਿਰ ਦੂਸਰੀ ਗੱਲ ਦਾ ਤੁਹਾਨੂੰ ਜਵਾਬ ਕਰਕੇ ਖਤਮ ਕਰਦਾ। ਮਿੱਤਰਾ, ਮੈਨੂੰ ਇੱਕ ਨਾਂ ਲੈ ਕੇ ਦੇ ਜਿਹਨੇ 6 ਸਾਲ ਦੀ ਰਾਜ ਸਭਾ ਛੱਡੀ ਹੋਵੇ। ਇੱਥੇ ਤਾਂ ਰੇਟ ਲੱਗਦੇ ਰਾਜ ਸਭਾ ਦੇ। ਆ ਕੇਜਰੀਵਾਲ ਕਹਿੰਦਾ ਸੀ ਸੰਬੜੀ ਵਿਲ ਗਿਵ ਇਜ਼ ਆਰਮ ਟੂ ਬੀ ਇਨ ਦੀ ਰਾਜ ਸਭਾ। ਮੈਂ ਕਾਂਗਰਸ 'ਚ 6 ਸਾਲ ਦੀ ਰਾਜ ਸਭਾ ਛੱਡ ਕੇ ਆਇਆ ਸੀ, ਕੋਈ ਅਹੁਦਾ ਲੈਣ ਨਹੀਂ ਸੀ ਆਇਆ। ਇੱਥੇ ਵੀ ਗੁਰੂ ਸਾਹਿਬ ਦੇ ਉਸ ਕਰਕੇ ਭਗਾ ਕੇ ਮਾਰਿਆ ਦੇ ਕੈਪਟਨ ਨੂੰ ਆਹੀ ਸਵਾਲ ਕਰਦਾ ਸੀ ਮੈਂ, ਜਾਣਾ ਕਿੱਧਰ ਹੋਏ, ਪਲਟ ਇੱਧਰ, ਧਿਆਨ ਕਿੱਧਰ ਹੈ, ਹੈਂ ਲਾਇਆ ਵੀ ਉਹਨੂੰ। ਨਵਜੋਤ ਸਿੰਘ ਸਿੱਧੂ ਨੇ ਜਿਸ ਥਾਂ ਦੇ ਉੱਤੇ ਸਟੈਂਡ ਲਿਆ ਗੁਰੂ ਦੀ ਕਿਰਪਾ ਨਾਲ, ਪੰਜਾਬ ਦੇ ਲੋਕਾਂ ਦੀ ਪਿੱਛੋਂ 1 ਇੰਚ ਪਿੱਛੇ ਨਹੀਂ ਹਟਿਆ, ਹਿੱਲਿਆ ਨਹੀਂ ਉੱਥੋਂ, ਚੋਲੀ ਅੱਡੀ ਬਰਗਾੜੀ ਲਈ ਕੱਲਾ ਲੜਦਾ ਰਿਹਾ, ਕੈਪਟਨ ਲਾਇਆ। ਜਿਹੜੇ ਆਏ ਉਹਨਾਂ ਨੇ ਕਿਹਾ ਬਰਗਾੜੀ ਦਾ ਇਨਸਾਫ਼ ਕਰਾਂਗੇ, ਇਹ ਆਏ ਇਹਨਾਂ ਨੇ ਕਿਹਾ ਬਰਗਾੜੀ ਦਾ ਇਨਸਾਫ਼ ਕਰਾਂਗੇ। ਹੁਣ ਅਗਲਾ ਮਾਫ਼ੀ ਮੰਗਦਾ, ਤੇ ਜੇ ਅਗਲਾ ਮਾਫ਼ੀ ਮੰਗਦਾ ਇਕਬਾਲੇ ਜੁਰਮ ਹੈ, ਇੱਕ ਮਿੰਟ ਯਾਰ ਠਹਿਰ ਜਾ, ਇਕਬਾਲੇ ਜੁਰਮ ਹੈ ਦੇ ਦੇ ਅੰਦਰ ਹੈ ਦਮ। ਉਹ ਤੈਂ ਤਾਂ ਮਿੱਤਰਾ ਤੇਰੇ ਸੁਪਰੀਮੋ ਨੇ ਹੱਥ ਬੰਨ ਕੇ ਗੋਡੇ ਟੇਕ ਕੇ ਮਾਫ਼ੀਆਂ ਮੰਗੀਆਂ, ਕਿਹਦੇ ਘਰੇ ਉਹ ਵੀ ਦੱਸ ਦੇਣਾ। ਤੁਸੀਂ ਮਾਫ਼ੀਆਂ ਮੰਗਦੇ ਰਹੇ, ਤੂੰ ਉਦੋਂ ਰੈਜ਼ਿਗਨੇਸ਼ਨ ਦੇਣ ਨੂੰ ਫਿਰਦਾ ਸੀ।